ਮੈਨੂੰ ਹੈਰਾਨਗੀ ਹੈ ਕਿ ਮੈਂ ਕਿਸ ਲੈਵਲ ਤੱਕ ਦੀ ਮਸ਼ਹੂਰੀ ਕਰਾਂ ਜਾਂ ਮੈਂ ਸ਼ਹਿਰ 'ਚ ਬੋਰਡ ਲਵਾ ਦਾਂ ਥਾਂ-ਥਾਂ ਇਸ ਗੱਲ ਦੇ ਅ ਮੇਰੇ ਹੱਥ 'ਚ ਇੱਕ ਸਕੈਨ ਹੈ ਜੀ ਇਸ ਸਕੈਨ ਦੇਖੋ ਜ਼ਰੂਰਤਮੰਦ ਪਰਿਵਾਰ ਹੈ ਉਹ ਨਾਮ ਨਹੀਂ ਦਿਖਾਣਾ ਆਪਾਂ ਹੁਣ ਦੇਖੋ ਜੀ ਲੋੜਵੰਦ ਪਰਿਵਾਰ ਹੈ ਇਹ ਸਕੈਨ ਕਰਾ ਕੇ ਰਿਹਾਏ ਨੇ ਕਿੰਨੇ ਪੈਸੇ ਦਿੱਤੇ ਜੀ ਸਕੈਨ ਲਈ 8000 8000 ਰੁਪਇਆ ਇਹ 8000 ਰੁਪਇਆ ਲਈ ਸਕੈਨ ਜਿਹੜੀ ਇਹ ਕਰਾ ਕੇ ਲਿਆਏ ਨੇ ਡਾਕਟਰ ਨੇ ਸਪੈਸ਼ਲ ਰੀਕਮੈਂਡ ਕੀਤਾ ਕਿ ਫਲਾਣੀ ਜਗ੍ਹਾ ਤੋਂ ਸਕੈਨ ਕਰਾਣੀ ਹੈ ਹੁਣ ਜੇ ਮੇਰੇ ਵਰਗਾ ਬੋਲਦਾ ਤਾਂ ਫਿਰ ਮੈਂ ਮਾੜਾ ਪੈਣਾ ਪਰ ਮੈਂ ਮਾੜਾ ਪਾਉਂਗਾ ਕਿਉਂਕਿ ਮੈਂ ਗੁਰਸਾਹਿਬ ਨੂੰ ਜਾਨ ਦੇਣੀ ਹੈ ਮੈਂ ਉਹਦੇ ਤੋਂ ਡਰਨਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਡਰਨਾ ਮੈਂ ਲੋਕਾਂ ਤੋਂ ਨਹੀਂ ਡਰਨਾ ਇਹ 8000 ਵਾਲੀ ਸਕੈਨ ਦੀ ਕੀਮਤ ਸਿਰਫ 2100 ਰੁਪਏ ਜੇ ਇਹੀ ਸਕੈਨ ਹੈ ਸਿਵਲ ਹਸਪੀਟਲ ਦੀ ਕ੍ਰਿਸ਼ਨਾ ਡਾਇਗਨੋਸਟਿਕ ਚੋਂ ਕਰਾ ਲੈਂਦੇ ਉਹ ਸਰਕਾਰ ਵੱਲੋਂ ਖੁੱਲੀ ਹੋਈ ਸਕੈਨ ਸੈਂਟਰ ਹੈ ਜਿਹਦੇ ਵਿੱਚ ਘੱਟ ਰੇਟਾਂ ਸਕੈਨ ਹੁੰਦੀ ਹੈ ਮੈਂ ਫਿਰ ਵੀ ਹੈਰਾਨ ਆ ਕਿ ਮੇਰੀ ਵੀਡੀਓ ਵਾਇਰਲ ਨਹੀਂ ਹੁੰਦੀ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਸਿਵਲ ਬਾਰੇ ਸਕੈਨ ਸੈਂਟਰ ਬਾਰੇ ਨਹੀਂ ਪਤਾ ਕਹਿੰਦੇ ਨਹੀਂ ਹਾਲਾਂਕਿ ਸਾਡੀ ਉਹ ਵੀਡੀਓ 1 ਮਿਲੀਅਨ 1.5 ਮਿਲੀਅਨ ਤੱਕ ਜਾ ਚੁੱਕੀ ਹੈ ਫਿਰ ਵੀ ਲੋਕਾਂ ਤੱਕ ਜਾਗਰੂਕ ਨਹੀਂ ਹੋ ਪਾਰੀ ਮੈਂ ਇਸ ਵੀਡੀਓ ਰਾਹੀਂ ਫਿਰ ਦੱਸਣਾ ਚਾਹਨਾ ਕਿ ਹਰ ਸ਼ਹਿਰ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਸਕੈਨ ਸੈਂਟਰ ਖੁੱਲ ਗਏ ਸਸਤੇ ਵਾਲੇ ਤੇ 8-8000 ਵਾਲੀ ਸਕੈਨਾਂ 10000 ਰੁਪਏ ਚੋਂਦੀਆਂ ਪਲੀਜ਼ ਆਪਣੀਆਂ ਸਕੈਨਾਂ ਉੱਥੋਂ ਕਰਾਓ ਜੇ ਕੋਈ ਡਾਕਟਰ ਉੱਥੇ ਦੀ ਰਿਪੋਰਟ ਨਹੀਂ ਮੰਨਦਾ ਤਾਂ ਮੈਨੂੰ ਆਕੇ ਦੱਸੋ ਅਸੀਂ ਲੀਗਲੀ ਡਾਕਟਰ ਦੇ ਉੱਤੇ ਕੇਸ ਕਰਾਂਗੇ ਕਿ ਉਹਦੀ ਸਕੈਨ ਕਿਉਂ ਨਹੀਂ ਮੰਨਦਾ ਜੇ ਉਹ ਸਕੈਨ ਸੈਂਟਰ ਗਲਤ ਖੁੱਲਿਆ ਫਿਰ ਸਰਕਾਰ ਨੇ ਕਿਉਂ ਖੁਲਾਇਆ ਜੇ ਸਰਕਾਰ ਵੱਲੋਂ ਸਕੈਨ ਸੈਂਟਰ ਖੁੱਲਿਆ ਫ